ਹੈਲੋ ਪਿਆਰੇ ਵਿਦਿਆਰਥੀਓ ਤੁਹਾਡਾ ਪੰਜਾਬੀ ਸਕੂਲ YouTube ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਨੂੰ ਜਮਾਤ 6ਵੀਂ ਕੰਪਿਊਟਰ ਸਾਇੰਸ ਪਾਠ 8 ਅਭਿਆਸ ਹੱਲ ਕਰਵਾਵਾਂਗਾ ਇਸ ਤੋਂ ਪਹਿਲਾਂ ਤੁਸੀਂ ਪਾਠ 8 ਪੜ ਚੁੱਕੇ ਹੋ ਅਤੇ ਉਸ ਬਾਰੇ ਪੂਰਾ ਸਮਝ ਚੁੱਕੇ ਹੋ ਹੁਣ ਅਭਿਆਸ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਖਾਲੀ ਥਾਵਾਂ ਨੰਬਰ 1 ਮੋਨੀਟਰ ਸਾਫਟ ਅਤੇ ਖਾਲੀ ਥਾਂ ਹਾਰਡ ਕਾਪੀ ਆਉਟਪੁੱਟ ਜੰਤਰ ਹੈ ਜਿਸ ਤਰ੍ਹਾਂ ਮੋਨੀਟਰ ਸਾਫਟ ਆਉਟਪੁੱਟ ਦਿੰਦਾ ਹੈ ਇਸ ਤਰ੍ਹਾਂ ਉਹ ਕਿਹੜਾ ਉਪਕਰਨ ਹੈ ਕਿਹੜਾ ਜੰਤਰ ਹੈ ਜੋ ਹਾਰਡ ਕਾਪੀ ਆਉਟਪੁੱਟ ਦਿੰਦਾ ਹੈ ਪ੍ਰਿੰਟਰ ਪਲੋਟਰ ਉਹ ਦੋਵੇਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਪ੍ਰਿੰਟਰ ਆਪਾਂ ਨੂੰ ਪੇਪਰ ਦੇ ਉੱਪਰ ਪ੍ਰਿੰਟ ਆਊਟ ਦਿੰਦਾ ਹੈ ਉਹ ਵੀ ਹਾਰਡ ਕਾਪੀ आउटपुट है और प्लॉटर जो वे प्रिंट वास्ते यूज किया जाता है इंजीनियर जा वगैरह उस उपर नक्शे प्रिंटआउट करते हैं वह भी हार्डकॉपी प्रिंटआउट है तो इसका सही उत्तर ईडी उोवें हार्डकॉपी आउटपुट यंत्र नंबर दो खाली थानी वरतों कंप्यूटर की आवाज़ सुनने लगी जाती है प्रिंटर स्पीकर माइक्रोफोन माउस ਇਹਨਾਂ ਚਾਰੇ ਯੰਤਰਾਂ ਵਿੱਚੋਂ ਕਿਸ ਯੰਤਰ ਨੂੰ ਆਵਾਜ਼ ਸੁਣਨ ਲਈ ਵਰਤਿਆ ਜਾਂਦਾ ਹੈ ਤਾਂ ਇਸ ਨੂੰ ਤੁਸੀਂ ਆਸਾਨੀ ਨਾਲ ਦੱਸ ਸਕਦੇ ਹੋ ਕਿ ਸਪੀਕਰ ਜਿਸ ਦੇ ਰਾਹੀਂ ਅਸੀਂ ਗੀਤ ਜਾਂ ਆਵਾਜ਼ ਸੁਣਦੇ ਹਾਂ ਇਸ ਦਾ ਸਹੀ ਉੱਤਰ ਐਡਾ ਸਪੀਕਰ ਨੰਬਰ 3 ਖਾਲੀ ਤਾਂ ਆਉਟਪੁੱਟ ਨੂੰ ਕਾਗਜ਼ ਉੱਪਰ ਛਾਪਦਾ ਹੈ ਪ੍ਰਿੰਟਰ ਕੀਬੋਰਡ ਮਾਊਸ ਸਪੀਕਰ ਇਸ ਦਾ ਸਹੀ ਉੱਤਰ ਪ੍ਰਿੰਟਰ ਹੈ ਪ੍ਰਿੰਟਰ ਹੈ ਜੋ ਵੀ ਕੰਪਿਊਟਰ ਦੇ ਵਿੱਚ ਡਾਟਾ ਪ੍ਰੋਸੈਸਿੰਗ ਤੋਂ ਬਾਅਦ ਆਉਟਪੁੱਟ ਮਿਲਦਾ ਹੈ ਉਸ ਦਾ ਆਉਟਪੁੱਟ ਕਾਗਜ਼ ਉੱਪਰ ਛਾਪਦਾ ਹੈ। ਨੰਬਰ 4 ਪ੍ਰਿੰਟਰ ਪ੍ਰਿੰਟ ਕਰਨ ਸਮੇਂ ਬਿੰਦੀਆਂ ਨੂੰ ਮਿਲਾ ਕੇ ਛਾਪਦਾ ਹੈ। ਤੁਸੀਂ ਪ੍ਰਿੰਟਰ ਦੀਆਂ ਕਿਸਮਾਂ ਬਾਰੇ ਚੰਗੀ ਤਰ੍ਹਾਂ ਪੜ੍ਹਿਆ ਹੈ ਕਿ ਪ੍ਰਿੰਟਰ ਅਲੱਗ-ਅਲੱਗ ਟੈਕਨੋਲੋਜੀ ਤੇ ਕੰਮ ਕਰਦੇ ਹਨ। ਡਾਟ ਮੈਟ੍ਰਿਕਸ, ਇਨਕ ਜੈਟ, ਲੇਜ਼ਰ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਇਹ ਚਾਰ ਆਪਸ਼ਨ ਹਨ। ਉੱਪਰਲੇ ਤਿੰਨ ਲੇਜ਼ਰ ਪ੍ਰਿੰਟਰ ਇਨਕਜੈਟ ਪ੍ਰਿੰਟਰ ਔਰ ਡਾਟ ਮੈਟ੍ਰਿਕਸ ਇਹ ਪ੍ਰਿੰਟਰ ਦੀਆਂ ਕਿਸਮਾਂ ਹਨ ਤਾਂ ਇਹਨਾਂ ਦੇ ਵਿੱਚੋਂ ਜੋ ਊੜਾ ਪਹਿਲੇ ਨੰਬਰ ਵਾਲਾ ਹੈ ਡਾਟ ਮੈਟ੍ਰਿਕਸ ਉਸ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਉਹ ਡਾਟ ਨੂੰ ਮਿਲਾ ਕੇ ਡਾਟ ਜਾਨੀ ਕਿ ਬਿੰਦੀਆਂ ਨੂੰ ਮਿਲਾ ਕੇ ਪ੍ਰਿੰਟ ਆਊਟ ਕਰਦਾ ਹੈ ਤਾਂ ਇਸ ਦਾ ਸਹੀ ਉੱਤਰ ਊੜਾ ਡਾਟ ਮੈਟ੍ਰਿਕਸ ਨੰਬਰ 5 ਮੋਨੀਟਰ ਖਾਲੀ ਥਾਂ ਕਿਸਮਾਂ ਦੇ ਹੁੰਦੇ ਹਨ ਮੋਨੀਟਰ ਜੋ ਕਿ ਆਪਾਂ ਨੂੰ ਸੌਫਟ ਆਊਟਪੁੱਟ ਦਿੰਦੇ ਹਨ ਉਸ ਦੀਆਂ ਕਿਸਮਾਂ ਕਿੰਨੇ ਪ੍ਰਕਾਰ ਦੇ ਹੁੰਦੇ ਆ ਹਨ 2 3 4 5 ਤਾਂ ਮੋਨੀਟਰ ਦੋ ਕਿਸਮ ਦੇ ਹੁੰਦੇ ਹਨ ਇਸ ਦਾ ਸਹੀ ਉੱਤਰ ਉੜਾ ਨੰਬਰ 6 ਹੈੱਡਫੋਨ ਨੂੰ ਖਾਲੀ ਥਾਂ ਵੀ ਕਿਹਾ ਜਾਂਦਾ ਹੈ ਆਈਫੋਨ 이어ਫੋਨ ਉਕਤ ਦੋਵੇਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਹੈੱਡਫੋਨ ਨੂੰ ਆਈਫੋਨ ਤਾਂ ਕਹਿ ਨਹੀਂ ਸਕਦੇ ਆਈਫੋਨ ਕਿਉਂਕਿ ਮੋਬਾਈਲ ਦੀ ਤਰ੍ਹਾਂ ਹੁੰਦਾ ਹੈ ਇਅਰਫੋਨ ਇਅਰ ਯਾਨੀ ਕਿ ਅੰਗਰੇਜ਼ੀ ਦਾ ਵਰਡ ਯੂਜ਼ ਕੀਤਾ ਗਿਆ ਹੈ ਇਅਰ ਦਾ ਮਤਲਬ ਹੁੰਦਾ ਕੰਨ ਔਰ ਫੋਨ ਜੋ ਕੰਨ ਨਾਲ ਲਾਉਣ ਵਾਸਤੇ ਤਾਂ ਹੈੱਡਫੋਨ ਨੂੰ ਇਅਰਫੋਨ ਵੀ ਕਿਹਾ ਜਾਂਦਾ ਹੈ ਇਸ ਤੋਂ ਅੱਗੇ ਛੋਟੇ ਉਤਰਾਂ ਵਾਲੇ ਪਰਚਨ ਆਉਟਪੁੱਟ ਯੰਤਰ ਕੀ ਹੁੰਦੇ ਹਨ ਆਉਟਪੁੱਟ ਯੰਤਰ ਇੱਕ ਕੰਪਿਊਟਰ ਹਾਰਡਵੇਅਰ ਯੰਤਰ ਹੈ ਜੋ ਕਿ ਡਾਟਾ ਪ੍ਰੋਸੈਸਿੰਗ ਤੋਂ ਬਾਅਦ ਪੈਦਾ ਹੋਏ ਨਤੀਜੇ ਨੂੰ ਨਤੀਜੇ ਦੇ ਤੌਰ ਤੇ ਦੈਨ ਲੇਵ ਵਰਤਿਆ ਜਾਂਦਾ ਹੈ ਇਹ ਉਪਕਰਨ ਇਲੈਕਟ੍ਰੋਨਿਕ ਸੂਚਨਾ ਨੂੰ ਮਨੁੱਖ ਦੇ ਪੜਨਯੋਗ ਸੂਚਨਾ ਵਿੱਚ ਬਦਲਦੇ ਹਨ ਨੰਬਰ 2 ਸਪੀਕਰ ਕੀ ਹੁੰਦਾ ਹੈ ਸਪੀਕਰ ਇੱਕ ਆਉਟਪੁੱਟ ਯੰਤਰ ਹੈ ਇਹ ਕੰਪਿਊਟਰ ਵਿੱਚ ਮੌਜੂਦ ਸਾਊਂਡ ਕਾਰਡ ਤੋਂ ਇਨਪੁੱਟ ਆਡੀਓ ਆਉਟਪੁੱਟ ਇਨਪੁੱਟ ਆਡੀਓ ਪ੍ਰਾਪਤ ਕਰਦੇ ਹਨ ਅਤੇ ਸਾਊਂਡ ਦੀਆਂ ਤਰੰਗਾਂ ਦੇ ਰੂਪ ਵਿੱਚ ਆਡੀਓ ਆਉਟਪੁੱਟ ਪ੍ਰਦਾਨ ਕਰਦੇ ਹਨ। ਨੰਬਰ 3 ਪ੍ਰੋਜੈਕਟਰ ਦਾ ਪ੍ਰਯੋਗ ਕਿੱਥੇ ਕੀਤਾ ਜਾਂਦਾ ਹੈ? ਪ੍ਰੋਜੈਕਟਰ ਇੱਕ ਸੌਫਟ ਕਾਪੀ ਆਉਟਪੁੱਟ ਯੰਤਰ ਹੈ ਜੋ ਕਿ ਕੰਪਿਊਟਰ ਤੋਂ ਆਏ ਡਿਸਪਲੇ ਨੂੰ ਇੱਕ ਵੱਡੀ ਸਤ੍ਹਾ ਜਾਂ ਸਕਰੀਨ ਤੇ ਦਿਖਾਉਂਦੇ ਹਨ। ਇਸ ਦੀ ਵਰਤੋਂ ਮੀਟਿੰਗਾਂ ਵਿੱਚ ਮਲਟੀਮੀਡੀਆ ਪ੍ਰੈਜੈਂਟੇਸ਼ਨਾਂ ਦੇਣ ਲਈ ਕੀਤੀ ਜਾਂਦੀ ਹੈ। नंबर चार प्रिंटर दिया किस्मा होंदिया हन प्रिंटर दिया तीन किस्मा होंदिया हन डॉटोमैटिक्स प्रिंटर इंकजैट प्रिंटर और लेजरजेंट प्रिंटर प्रिंटर ते नोट लिखो प्रिंटर आउटपुट नो कागज़ उपर चापदा है ए एक हार्ड कॉपी आउटपुट यंत्र है इस इसकी आउटपुट स्थाई हुंदी है जिसन संभाल के रखा जा सकता है ਕਿਸੇ ਤਿੰਨ ਆਉਟਪੁੱਟ ਉਪਕਰਨਾਂ ਦੇ ਨਾਮ ਲਿਖੋ ਨੰਬਰ 1 ਪ੍ਰਿੰਟਰ ਨੰਬਰ 2 ਸਪੀਕਰ ਨੰਬਰ 3 ਪ੍ਰੋਜੈਕਟਰ ਇਹ ਤਿੰਨ ਆਉਟਪੁੱਟ ਉਪਕਰਨ ਹਨ ਇਸ ਤੋਂ ਬਿਨਾ ਤੁਸੀਂ ਹੋਰ ਵੀ ਜ਼ਿਆਦਾ ਲਿਖ ਸਕਦੇ ਹੋ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਮਾਨੀਟਰ ਅਤੇ ਇਸ ਦੀਆਂ ਕਿਸਮਾਂ ਤੇ ਨੋਟ ਲਿਖੋ ਮਾਨੀਟਰ ਇੱਕ ਆਮ ਵਰਤਿਆ ਜਾਣ ਵਾਲਾ ਸੌਫਟ ਕਾਪੀ ਆਉਟਪੁੱਟ ਜੰਤਰ ਹੈ ਇਹ ਦੋ ਕਿਸਮ ਦੇ ਹੁੰਦੇ ਹਨ ਕੈਥੋਡ ਰੇ ਟਿਊਬ ਜਿਸ ਨੂੰ ਸ਼ਾਰਟ ਫਾਰਮ ਚ ਸੀ ਆਰਟੀ ਮੋਨੀਟਰ ਵੀ ਕਿਹਾ ਜਾਂਦਾ ਹੈ ਇਹ ਟੈਲੀਵਿਜ਼ਨ ਦੀ ਤਰ੍ਹਾਂ ਦਿਖਤਾਂ ਹਨ ਇਹਨਾਂ ਵਿੱਚ ਕੈਥੋਡ ਰੇ ਟਿਊਬ ਦਾ ਇਸਤੇਮਾਲ ਕੀਤਾ ਜਾਂਦਾ ਹੈ ਇਹਨਾਂ ਵਿੱਚ ਬਿਜਲੀ ਦੀ ਖਪਤ ਜ਼ਿਆਦਾ ਹੁੰਦੀ ਹੈ ਅਤੇ ਇਹ ਜ਼ਿਆਦਾ ਗਰਮੀ ਫੈਲਾਉਂਦੇ ਹਨ ਇਹਨਾਂ ਦੇ ਜਦੋਂ ਆਪਾਂ ਯੂਜ਼ ਕਰਦੇ ਹਾਂ ਕਿਉਂਕਿ ਇਸ ਦੀ ਜੋ ਸੀ ਆਰਟੀ ਹੁੰਦੀ ਹੈ ਕੈਥੋਡ ਰੇ ਟਿਊਬ ਇਹ ਬਹੁਤ ਹਾਈ ਵੋਲਟੇਜ ਤੇ ਕੰਮ ਕਰਦੀ ਹੈ ਜਿਸ ਕਾਰਨ ਇਹਨਾਂ ਵਿੱਚ ਗਰਮੀ ਜ਼ਿਆਦਾ ਪੈਦਾ ਹੁੰਦੀ ਹੈ ਨੰਬਰ 2 플랫 ਪੈਨਲ ਡਿਸਪਲੇ ਮੋਨੀਟਰ ਇਹ ਸੀਆਰਟੀ ਦੇ ਮੁਕਾਬਲੇ ਘੱਟ ਭਾਰੀ ਹੁੰਦੇ ਹਨ ਇਹਨਾਂ ਨੂੰ ਦੀਵਾਰ ਤੇ ਵੀ ਲਗਾਇਆ ਜਾ ਸਕਦਾ ਹੈ ਇਹਨਾਂ ਵਿੱਚ ਬਿਜਲੀ ਦੀ ਖਪਤ ਘੱਟ ਹੁੰਦੀ ਹੈ ਐਲਸੀਡੀ ਐਲਈਡੀ ਪਲਾਜ਼ਮਾ ਆਦਿ ਇਹਨਾਂ ਦੀਆਂ ਕੁਝ ਉਦਾਹਰਨਾਂ ਹਨ ਪ੍ਰਸ਼ਨ 2 ਇਨਪੁਟ ਅਤੇ ਆਉਟਪੁਟ ਯੰਤਰਾਂ ਵਿੱਚ ਅੰਤਰ ਦੱਸੋ ਇਨਪੁਟ ਯੰਤਰ ਯਾਨੀ ਕਿ ਜਿਨ੍ਹਾਂ ਦੀ ਮਦਦ ਨਾਲ ਕੰਪਿਊਟਰ ਦੇ ਵਿੱਚ ਡਾਟਾ ਇਨਪੁਟ ਕੀਤਾ ਜਾਂਦਾ ਹੈ ਆਉਟਪੁਟ ਜੋ ਡਾਟਾ ਪ੍ਰੋਸੈਸਿੰਗ ਤੋਂ ਬਾਅਦ ਰਿਜ਼ਲਟ ਨੂੰ ਆਉਟਪੁਟ ਦਿੰਦੇ ਹਨ ਉਸ ਨੂੰ ਆਉਟਪੁਟ ਯੰਤਰ ਕਿਹਾ ਜਾਂਦਾ ਹੈ ਨੰਬਰ 1 ਇਨਪੁਟ ਯੰਤਰ ਦੀ ਵਰਤੋਂ ਕੰਪਿਊਟਰ ਨੂੰ ਡਾਟਾ ਅਤੇ ਸੂਚਨਾ ਦੇਣ ਲਈ ਕੀਤੀ ਜਾਂਦੀ ਹੈ ਆਉਟਪੁਟ ਯੰਤਰ ਦੀ ਵਰਤੋਂ ਕੰਪਿਊਟਰ ਤੋਂ ਨਤੀਜਾ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ ਇਨਪੁਟ ਯੰਤਰ ਕੀਬੋਰਡ ਮਾਊਸ ਸਕੈਨਰ ਵੈਬਕੈਮ ਆਦਿ ਇਨਪੁਟ ਯੰਤਰਾਂ ਦੀਆਂ ਉਦਾਹਰਣਾਂ ਹਨ ਪ੍ਰਿੰਟਰ ਮੋਨੀਟਰ ਸਪੀਕਰ ਆਦਿ ਆਉਟਪੁਟ ਯੰਤਰਾਂ ਦੀਆਂ ਉਦਾਹਰਣਾਂ ਹਨ ਇਹ ਸੀ ਪਾਠ 8 ਦੇ ਅਭਿਆਸ ਇਸ ਵਿੱਚ ਕੋਈ ਵੀ ਸਵਾਲ ਸਮਝ ਨਾ ਆਇਆ ਹੋਵੇ ਤਾਂ ਕਮੈਂਟ ਬਾਕਸ ਵਿੱਚ ਲਿਖੋ ਤੁਹਾਨੂੰ ਉਸ ਪਰਚਨ ਦਾ ਉੱਤਰ ਦੁਬਾਰਾ ਐਕਸਪਲੇਨ ਕੀਤਾ ਜਾਵੇਗਾ ਇਸ ਵੀਡੀਓ ਨੂੰ ਲਾਈਕ ਅਤੇ ਆਪਣੀ ਕਲਾਸ ਦੇ ਸਾਰੇ ਸਟੂਡੈਂਟਾਂ ਦੇ ਨਾਲ ਸ਼ੇਅਰ ਕਰੋ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਅੱਗੇ ਆਉਣ ਵਾਲੀਓ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕਣ ਧੰਨਵਾਦ